ਕੀ ਨਾਮ ਜੀ ਆਪਣਾ? ਮੇਰਾ ਨਾਮ ਸੁਭਾਸ਼ ਰਾਣੀ, ਆਂਗਨਵਾੜੀ ਮੁਲਾਜ਼ਮ ਪੰਜਾਬ ਸਵੀਟੂ, ਜ਼ਿਲ੍ਹਾ ਸਕੱਤਰ ਪੰਜਾਬ। ਜਿਹੜਾ ਸਾਡਾ ਅੱਜ ਦਾ ਕਪੂਰਥਲਾ ਜ਼ਿਲ੍ਹੇ ਵਿੱਚ ਅਜਲਾਸ ਹੈ, ਇਹ ਸਾਡਾ ਹਰ 3 ਸਾਲ ਬਾਅਦ ਕੀਤਾ ਜਾਂਦਾ ਹੈ। ਔਰ ਯੂਨੀਅਨ ਦੇ ਸਿਧਾਂਤ ਦੇ ਮੁਤਾਬਕ ਸਰਕਲ ਪੱਧਰ ਤੋਂ ਸਾਡੇ ਨੁਮਾਇੰਦੇ ਚੁਣੇ ਜਾਂਦੇ ਹੈ, 4 ਡੈਲੀਗੇਟ, ਜਿਹਦੇ ਵਿੱਚੋਂ ਪ੍ਰਧਾਨ ਸੈਕਟਰੀ, ਕੈਸ਼ੀਅਰ, ਸਹਾਇਕ ਕੈਸ਼ੀਅਰ, ਉਹੀ ਡੈਲੀਗੇਸ਼ਨ ਸਾਥੀ ਜਿਹੜਾ ਸਾਡਾ ਬਲਾਕ ਦੀ ਟੀਮ ਚੁਣਦਾ ਹੈ। ਉਹ ਜਿਹੜੀ ਬਲਾਕ ਦੀ ਚੁਣੀ ਹੋਈ ਟੀਮ ਹੈ, ਉਹ ਜਿਸ ਤਰ੍ਹਾਂ 3 ਸਾਲ ਬਾਅਦ ਆਪਣੇ ਜ਼ਿਲ੍ਹੇ 'ਚ ਚੋਣ ਕਰਨੀ ਹੁੰਦੀ ਹੈ, ਉਹ ਡੈਲੀਗੇਸ਼ਨ ਸਾਡੀ ਜ਼ਿਲ੍ਹੇ ਦੀ ਅਜਲਾਸ, ਇੱਕ ਦਿਨ ਦਾ ਜਿਹੜਾ ਇੱਕ ਰੋਜ਼ਾ ਜਿਹੜਾ ਆਪਣਾ ਇਜਲਾਸ ਹੈ, ਉਹ ਆਪਣੇ ਜ਼ਿਲ੍ਹੇ 'ਚ ਕਰਦਾ ਗਾ। ਸੋ ਅੱਜ ਅਸੀਂ ਕਪੂਰਥਲੇ ਦੇ ਵਿੱਚ ਆਏ ਹਾਂ। ਅੱਜ ਸਾਡੇ 4 ਬਲਾਕ ਇਕੱਠੇ ਹੋਏ ਆ ਜੀ, ਔਰ 4 ਬਲਾਕਾਂ ਦੇ ਵਿੱਚ ਸਾਰੇ ਸਾਡੇ ਸਰਕਲ ਪੱਧਰ ਤੋਂ ਡੈਲੀਗੇਸ਼ਨ 60 ਦੇ ਕਰੀਬ ਸਾਥੀ ਪਹੁੰਚੇ ਹੈ। ਔਰ ਜਨਰਲ ਸੈਕਟਰੀ ਵੱਲੋਂ 3 ਸਾਲ ਦੇ ਕੀਤੇ ਕੰਮਾਂ ਦੀ ਜਿਹੜੀ ਰਿਪੋਰਟ ਹੈ, ਜੋ ਸੰਘਰਸ਼ ਕੀਤੇ ਹੈ, ਜੋ ਸੰਘਰਸ਼ਾਂ ਰਾਹੀਂ ਪ੍ਰਾਪਤੀ ਕੀਤੀਆਂ ਹੈ, ਪੂਰੀ ਰਿਪੋਰਟ ਕੀਤੀ ਹੈ। ਔਰ ਜੋ ਕੈਸ਼ ਦੀ ਰਿਪੋਰਟ ਹੈ, ਜੋ ਸਾਡੇ ਕੋਲ ਮੈਂਬਰਸ਼ਿਪ ਫੰਡਸ ਆਉਂਦੇ ਹੈ, ਉਹਦਾ ਜਿਹੜਾ ਹਿਸਾਬ ਕਿਤਾਬ ਉਹ ਬੋਲਿਆ ਗਿਆ ਹੈ, ਉਹਦਾ ਰੱਖ ਰਖਾਵ ਦੀ ਗੱਲ ਕੀਤੀ ਗਈ ਹੈ। ਸੋ ਇਸ ਕਰਕੇ ਜਿਹੜਾ ਸਾਡਾ ਅੱਜ ਸਾਰਾ ਡੈਲੀਗੇਸ਼ਨ ਹੈ, ਉਹਨਾਂ ਨੇ ਸਰਬਸੰਮਤੀ ਦੇ ਨਾਲ ਜਿਹੜੀਆਂ ਆਪਣੀਆਂ ਦੋਨੋਂ ਰਿਪੋਰਟਾਂ ਹੈ, ਉਹਨਾਂ 'ਤੇ ਸਹਿਮਤੀ ਦੇ ਕੇ ਉਹਨੂੰ ਪਾਸ ਕੀਤਾ ਹੈ। ਤੋ ਇਸ ਤੋਂ ਬਾਅਦ ਅਸੀਂ ਹੁਣ ਮਤਲਬ ਜਿਹੜਾ ਡੈਲੀਗੇਸ਼ਨ ਦੇ ਨਾਲ ਬੈਠ ਕੇ ਮੀਟਿੰਗ ਕਰਕੇ ਜੋ ਉਹਨਾਂ ਦੀ ਪ੍ਰਪੋਜ਼ਲ ਆਏਗੀ, ਉਸ ਹਿਸਾਬ ਦੇ ਨਾਲ ਜਿਹੜੀ ਜ਼ਿਲ੍ਹੇ ਦੀ ਚੋਣ ਦਾ ਗਠਨ ਕੀਤਾ ਜਾਏਗਾ। ਧੰਨਵਾਦ। ਪ੍ਰਧਾਨ ਜੀ, ਕੀ ਨਾਮ ਤੁਹਾਡਾ ਜੀ, ਅਤੇ ਅੱਜ ਤੁਸੀਂ ਜਿਹੜੀ ਇਹ ਮੀਟਿੰਗ ਕੀਤੀ ਆ, ਕਿਸ ਮਕਸਦ ਦੇ ਨਾਲ ਕੀਤੀ ਆ? ਆਪਣੀ ਜਥੇਬੰਦੀ ਦਾ ਨਾਮ ਵੀ ਦੱਸਣਾ। ਮੈਂ ਅੰਮ੍ਰਿਤਪਾਲ ਕੌਰ, ਸਟੇਟ ਕੈਸ਼ੀਅਰ, ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ। ਅੱਜ ਇਹ ਜਿਹੜੀ ਮੀਟਿੰਗ ਕੀਤੀ ਹੈ, ਮੀਟਿੰਗ ਨਹੀਂ, ਅਸੀਂ ਮਤਲਬ ਜ਼ਿਲ੍ਹੇ ਦਾ ਇਜਲਾਸ ਕੀਤਾ ਹੈਗਾ। ਹਰ 3 ਸਾਲ ਬਾਅਦ ਜਿਹੜਾ ਹੈਗਾ ਸਾਡੀ ਜਥੇਬੰਦੀ ਦੀ ਸੰਵਿਧਾਨ ਅਨੁਸਾਰ ਨਵੀਂ ਚੋਣ ਕੀਤੀ ਜਾਂਦੀ ਹੈ, ਨਵੀਂ ਟੀਮ ਦਾ ਜਿਹੜਾ ਗਠਨ ਕੀਤਾ ਜਾਂਦਾ ਹੈ। ਔਰ ਟੀਮ ਦੇ ਵਿੱਚ ਜਿਹੜਾ ਹੈਗਾ, ਜੇ ਫੇਰ ਬਦਲ ਦੀ ਲੋੜ ਹੈ ਤਾਂ ਫੇਰ ਬਦਲ ਕੀਤਾ ਜਾਂਦਾ ਹੈ। ਸਰਬਸਹਿਮਤੀ ਦੇ ਨਾਲ ਜਿਹੜਾ ਹੈਗਾ ਕਾਰਜ ਨੂੰ ਸੰਪੂਰਨ ਕੀਤਾ ਜਾਂਦਾ। ਜੇ ਇਹੀ ਅਸੀਂ ਕਪੂਰਥਲੇ ਦੀ ਜਿਹੜੀ ਟੀਮ ਹੈਗੀ, ਉਸ ਦੀ ਚੋਣ ਵਾਸਤੇ ਅੱਜ ਅਸੀਂ ਇੱਥੇ ਆਏ ਹਾਂਗੇ। ਕੀ ਮੁੱਖ ਮੰਗਾਂ ਵਾ ਤੁਹਾਡੀ ਜਥੇਬੰਦੀ ਦੀ? ਸਾਡੀ ਜਥੇਬੰਦੀ ਦੀ ਜਿਹੜੀ ਮੇਨ ਮੁੱਖ ਮੰਗ ਹੈ, ਉਹ ਤਾਂ ਇਹੀ ਹੈ ਕਿ ਜਿਹੜੀ ICDS ਸਕੀਮ ਆ, ਇਸ ਨੂੰ ਪੂਰੇ 47 ਸਾਲ ਹੋ ਗਏ ਚੱਲਦੀ ਨੂੰ, ਅਤੇ ਇਸ ਸਕੀਮ ਨੂੰ ਅੱਜ ਵਿਭਾਗ ਦੇ ਵਿੱਚ ਬਦਲਿਆ ਜਾਵੇ, ਕਿਉਂਕਿ ਕੋਈ ਵੀ ਸਕੀਮ ਹੈਗੀ ਜਦੋਂ 20 ਸਾਲ ਤੋਂ ਉੱਪਰ ਚਲੀ ਜਾਂਦੀ ਹੈ ਤਾਂ ਉਹ ਆਟੋਮੈਟਿਕਲੀ ਹੱਕ ਰੱਖਦੀ ਹੈ ਕਿ ਉਸਨੂੰ ਵਿਭਾਗ ਵਿੱਚ ਬਦਲਿਆ ਜਾਵੇ, ਕਿਉਂਕਿ ਕੋਈ ਲੰਬੀ ਸਕੀਮ ਚੱਲਣ ਦਾ ਮਕਸਦ ਇਹੀ ਹੁੰਦਾ ਕਿ ਇਸਦੇ ਕਾਰਜ ਦੀ ਜਿਹੜੀ ਲੋੜ ਹੈਗੀ ਉਹ ਹੇਠਲੇ ਪੱਧਰ ਦੇ ਉੱਤੇ ਲੋੜ ਹੈ, ਲੋੜ ਦੇ ਅਨੁਸਾਰ ਹੀ ਜਿਹੜੀ ਸਕੀਮ ਹੈਗੀ ਉਹ ਗਠਨ ਹੋਈ ਹੈ, ਔਰ ਉਹ ਅੱਜ ਵੀ ਲੋੜ ਦੇ ਅਨੁਸਾਰ ਹੀ ਚੱਲ ਰਹੀ ਹੈਗੀ। ਅੱਜ ਤੁਸੀਂ ਦੇਖ ਰਹੇ ਹੋ ਕਿ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜੀ ਆਪਾਂ ਦੇਖਦੇ ਹਾਂ ਆਪਣੇ ਜੇ ਵਾਰਡ ਦੀਆਂ ਜਿਹੜੀਆਂ ਕਮੀਆਂ ਨੇ। ਮੈਂ ਅੰਮ੍ਰਿਤਪਾਲ ਕੌਰ, ਸਟੇਟ ਕੈਸ਼ੀਅਰ, ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ। ਅੱਜ ਅਸੀਂ ਜਿਹੜੇ ਇੱਥੇ ਆਏ ਹਾਂਗੇ, ਇੱਕ ਮੀਟਿੰਗ ਦੇ ਇੱਕ ਇਜਲਾਸ ਦੇ ਤੌਰ 'ਤੇ ਆਏ ਹਾਂ, ਕਿਉਂਕਿ ਹਰ 3 ਸਾਲ ਬਾਅਦ ਜਿਹੜਾ ਹੈਗਾ ICDS ਨਾਲ ਕੰਮ ਕਰਦੀ ਜੋ ਜਥੇਬੰਦੀ ਹੈ ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ CID, ਜੋ ਇਸ ਦੇ ਸੰਵਿਧਾਨ ਦੇ ਅਨੁਸਾਰ 3 ਸਾਲਾਂ ਬਾਅਦ ਜਿਹੜੀ ਹੈਗੀ ਨਵੀਂ ਕਮੇਟੀ ਦਾ ਗਠਨ ਕਰਨਾ ਹੁੰਦਾ ਹੈਗਾ, ਪਿਛਲੀਆਂ ਕਾਰਗੁਜ਼ਾਰੀਆਂ ਉੱਤੇ ਚਰਚਾ ਕਰਨ ਦੇ ਲਈ ਜਿਹੜਾ ਹੈਗਾ ਇਜਲਾਸ ਬੁਲਾਇਆ ਜਾਂਦਾ ਹੈਗਾ। ਤਾਂ ਅੱਜ ਉਸੇ ਹੀ ਸਦਕਾ 'ਚ ਕਪੂਰਥਲੇ ਜ਼ਿਲ੍ਹੇ ਦਾ ਇਜਲਾਸ ਜਿਹੜਾ ਸੀਗਾ। ਕੀ ਮੁੱਖ ਮੰਗਾਂ ਤੁਹਾਡੀਆਂ?
ਜਿਹੜੀ ਸਾਡੀ ਆਈ ਸੀ ਡੀ ਐੱਸ ਹੈਗੀ ਇਸ ਨੂੰ ਲਗਾਤਾਰ ਚੱਲਦਿਆਂ ਅੱਜ ਪੂਰੇ 47 ਸਾਲ ਹੋ ਗਏ। 2 ਅਕਤੂਬਰ 1947 ਨੂੰ ਇਸਦਾ ਗਠਨ ਹੋਇਆ ਸੀਗਾ ਔਰ ਇਸ ਨੂੰ ਬਹੁਤ ਹੀ ਮਹੱਤਵਪੂਰਨ ਮਨੋਰਥ ਦੇ ਨਾਲ ਸ਼ੁਰੂ ਕੀਤਾ ਗਿਆ ਸੀ। ਕੁਪੋਸ਼ਣ ਦਰ ਨੂੰ ਖਤਮ ਕਰਦੇ ਹੋਏ 0 ਤੋਂ ਲੈ ਕੇ 5 ਸਾਲ ਦੇ ਜਿਹੜੇ ਬੱਚਿਆਂ ਦੀ ਮੌਤ ਹੋ ਜਾਂਦੀ ਸੀਗੀ ਉਸ ਮੌਤ ਦਰ ਨੂੰ ਘਟਾਉਣ ਵਾਸਤੇ ਔਰ ਜਿਹੜਾ ਇੱਕ ਸਵਸਥ ਜਿਹੜਾ ਹੈਗਾ ਬਚਪਨ ਦੇਣ ਵਾਸਤੇ ਇਸ ਸਕੀਮ ਦਾ ਗਠਨ ਹੋਇਆ ਸੀਗਾ। ਪਰ ਅੱਜ ਜਿਹੜੀ ਇਹ ਸਕੀਮ ਹੈਗੀ ਇਹ ਵੈਂਟੀਲੇਟਰ 'ਤੇ ਹੈ ਜਿਸ ਦੀ ਮਤਲਬ ਜ਼ਿੰਮੇਵਾਰੀ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੋਨਾਂ ਦੀ ਹੋ ਚੁੱਕੀ ਹੈਗੀ ਕਿਉਂਕਿ ਜਿਹੜਾ ਇਸ ਦਾ ਬਣਦਾ ਬਜਟ ਹੈਗਾ ਉਸ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ, ਲਗਾਤਾਰ ਇਸ ਦੇ ਬਜਟ ਵਿੱਚ ਕਟੌਤੀ ਕੀਤੀ ਜਾ ਰਹੀ ਹੈ। ਪੋਸ਼ਣ ਦੇ ਨਾਮ ਦੇ ਉੱਤੇ ਕੁਪੋਸ਼ਣ ਜਿਹੜਾ ਹੈਗਾ ਉਸ ਨੂੰ ਸ਼ੋਸ਼ਣ ਕੀਤਾ ਜਾ ਰਿਹਾ ਹੈਗਾ ਕਿਉਂਕਿ ਇੱਕ ਤੁਸੀਂ ਦੇਖ ਰਹੇ ਹੋ ਅੰਕੜੇ ਦੇਖੇ ਹੋਣਗੇ ਪਿਛਲੇ ਦਿਨੀ ਪਰ ਸੀ ਡੀ ਕਿਉਂ ਨਹੀਂ ਕਰਨਾ।